नैशनल हाईवे मार्ग नूं चार मार्गीकरण लई धर्मगुड़ दे कई किसानां दी जमीन सरकार दे वल्लों अक्वायर कीती गई सी ते उच्च अधिकारियों की मिली भुगत नाल इस विच करोड़ां दे कपले होए सन जो हौली हौली लोकां दे सामने आ रहे हैं। पत्रकारां नाल गल्लबात करदे होए सराज उर्फ काला बासी धर्मगुड़ ने कहा है कि धर्मगुड़ दे उच्च अधिकारियों नाल रल के पहुंच वाले बंदियां ने हाईवे वाली जमीन कुछ देर पहला खरीद के अपने नाम रजिस्ट्री करवा ली ते इह जमीन कमर्शियल विच पवा के सरकार नूं करोड़ां रुपए का चूना लगाया गया। उन्होंने कहा है कि हाईवे दे नाल इक कलोनी बनी हुई सी, ओह कलोनी हाईवे च आ गई ते कलोनी च बनी सड़क दे पैसे उच्च अधिकारियों की मिली भुगत नाल खाधे गए। इसे तरह धर्मगुड़ पंप दे मालक ने उच्च अधिकारियों नाल रल के अपनी जमीन हाईवे विच शो करके सरकार नूं करोड़ां रुपए का चूना लाया। सारज सिंह उर्फ काला ने कहा है कि जेकर सरकार इस दी बरीकी नाल जांच करे तां करोड़ां दे होए कपड़े सामने आ सकते हैं। लगे हुए दोषां संबंधी जदों इन्हां नाल संपर्क किया तां उन्हां ने लगे हुए दोषां नूं सिरे तों नकारिया। ਇਹ ਰੌਲਾ ਹੀ ਸਾਰਾ ਬਲਜੀਤ ਪਟਵਾਰੀ ਨੇ ਜੋ ਹੇਰਾਫੇਰੀ ਕੀਤੀ ਬਲਜੀਤ ਪਟਵਾਰੀ ਨੇ ਕੀਤੀ। ਇਹ ਬਹੁਤ ਬੰਦਾ ਚੁਸਤੇ, ਇਹਨੇ ਜ਼ਿਮੀਂਦਾਰਾਂ ਨੂੰ ਤਾਂ ਪੈਸੇ ਦਿੱਤੇ ਨੇ ਐਗਰੀਕਲਚਰ ਦੇ ਦਵਾਤੇ ਤੇ, ਜਿਹੜੇ ਅਸ਼ਮਣੀ ਭੱਠੇ ਵਾਲੇ ਨੇ ਤੇ ਬਾਬਾ ਸਵਰਨ ਸਿੰਘ ਵਹਿ ਨੂੰ ਅੰਨਾ ਕਹਿੰਦੇ ਨੇ, ਉਹਦਾ ਮੁੰਡਾ ਸੁਖਜਿੰਦਰ ਸਿੰਘ, ਇਹਨੇ ਉਹ ਤੋਂ 50 ਲੱਖ ਰੁਪਈਆ ਮੁਕਾ ਕੇ ਉਹਦੀ ਪੈਲੀ ਇਹਨੇ ਕਮਰਸ਼ੀਅਲ 'ਚ ਪਵਾ ਦਿੱਤੀ ਜੀ। ਉਸ ਤੋਂ ਬਾਅਦ ਉਹਨੇ 25 ਲੱਖ ਰੁਪਈਆ ਦਿੱਤਾ, ਉਹ ਮੁੜ ਕੇ ਆਪਦੇ ਜਿੱਥੇ ਨੌਕਰੀ ਨੁਕਰੀ ਕਰਦਾ ਉਹ ਚਲਾ ਗਿਆ ਉੱਥੇ। ਅਤੇ ਅਸ਼ਮਣੀ ਕੇ ਜਿਹੜੇ ਸਾਰਾ ਪਰਿਵਾਰ ਇਹਨਾਂ ਦਾ, ਕਈਆਂ ਬੁੜੀਆਂ ਜੋ ਨੂੰਹਾਂ ਨੇ, ਜੋ ਉਹਦਾ ਮੁੰਡਾ ਨੋਹਰੀ ਹੈ, ਪਰਿਵਾਰ ਵੇਚਣ ਦੇ ਕਰਮਚੰਦ ਅਗਰਵਾਲ ਦੀ ਪੂਰੀ ਮਿਲੀ ਭੁਗਤਣਾ ਸਾਰਾ ਕੰਮ ਹੋਇਆ ਜੀ। ਮੇਰੇ ਕੋਲ ਹੋਰ ਵੀ ਐਫੀਡੇਵਿਟ ਜੇ ਲੋਕ ਦੇਈ ਜਾਂਦੇ ਨੇ। ਇੱਕ ਪੈਟਰੋਲ ਪੰਪ ਜੀ, ਉਹਨੂੰ 60 ਲੱਖ ਰੁਪਈਆ ਆਇਆ, ਉਹ ਅਜੇ ਵੀ ਸੜਕ ਦੀ ਥਾਂ ਮੱਲੀ ਬੈਠੇ। ਕਿਹੜਾ ਪੈਟਰੋਲ ਪੰਪ ਜੀ? ਉਹ ਜਿਹੜਾ ਜਗਜੀਤ ਫਿਲਮ ਸਟੇਸ਼ਨ। ਅੱਛਾ, ਉਹਨੂੰ ਵੀ ਜ਼ਮੀਨ ਵਿੱਚ ਆਈ ਜੀ। ਇੱਕ ਮਾਤਾ ਦਾ ਮੈਨੂੰ ਕੱਲ੍ਹ ਇੰਗਲੈਂਡ ਤੋਂ ਫੋਨ ਆਇਆ, ਉਹਦਾ 19 ਲੱਖ ਦਾ ਚੈੱਕ ਬਣਿਆ, ਉਹ ਕਹਿੰਦੀ ਮੈਂ 6 ਮਹੀਨੇ ਤੇ ਰਹਿ ਗਏ, ਕਹਿੰਦੇ ਪੁੱਤ ਮੈਨੂੰ ਚੈੱਕ ਨਹੀਂ ਮਿਲਿਆ ਅਤੇ ਨਾਲ ਜਾਂ ਉਹਨੂੰ ਪੈਸੇ ਮਿਲ ਗਏ, ਕਹਿੰਦੀ ਜੇ ਨਾਲ ਦੇ ਤਾਂ ਉਹਨੇ ਪੈਸੇ ਲੈ ਗਿਆ ਅਤੇ ਕਹਿੰਦੀ ਮੈਨੂੰ ਕਹਿੰਦੀ ਚੈੱਕ ਨੂੰ ਕਹਿੰਦੀ ਤੋੜ ਤੁਰ ਕੇ ਕਹਿੰਦੀ ਗੇੜੇ ਗੂੜੇ ਕਢਾ ਕੇ ਕਹਿੰਦੀ ਮੈਨੂੰ ਵਾਪਸ ਮੋੜ। ਨਹੀਂ, ਪੈਟਰੋਲ ਪੰਪ ਦੇ ਪੈਸੇ ਜਿਹੜੇ ਆਏ ਉਹ ਜਗ੍ਹਾ 60 ਲੱਖ ਰੁਪਈਆ ਆਇਆ ਜੀ ਉਹਨਾਂ ਨੂੰ, ਉਹਨਾਂ ਛੱਡੀ ਇੱਕ ਜਗ੍ਹਾ ਨਹੀਂ, ਚਾਹੇ ਜਾ ਕੇ ਉਹਦੇ ਵੇਖ ਲਓ, ਮੋਟ ਫੋਟੋ ਖਿੱਚ ਕੇ ਵੇਖ ਲਓ, ਹੁਣ ਵੇਖ ਲਓ ਜਾ ਕੇ, ਜੇ 1 ਇੰਚ ਵੀ ਜਗ੍ਹਾ ਛੱਡੀ ਹੋਵੇ ਦੱਸੋ ਉਹਨਾਂ ਨੂੰ। ਬਿਨਾਂ ਜਗ੍ਹਾ ਤੋਂ ਪੈ ਲੈ ਗਏ, ਪਤਾ ਨਹੀਂ ਜੀ ਕੀ ਇਹਨਾਂ ਨੇ ਬੇਸਾਰੀ ਜੋ ਸਭ ਕੰਮ ਕੀਤਾ ਬਲਜੀਤ ਪਟਵਾਰੀ ਨੇ ਕੀਤਾ। ਜੇ ਸਰਕਾਰ ਤੋਂ ਬਲਜੀਤ ਪਟਵਾਰੀ ਨਹੀਂ ਕਾਬੂ ਆਉਂਦਾ, 1-2 ਦਿਨ ਮੈਨੂੰ ਦੇ ਦੇਣ, ਮੈਨੂੰ ਕੋਈ ਦੇ ਦੇਣ ਵੀ ਤੂੰ ਮੈਨੂੰ ਇਹਨੂੰ ਦੱਸ, ਸਾਰਾ ਕੁਛ ਮਨਾ ਲਾਂਗਾ ਵੀ ਕਿਹਨੂੰ ਕਿਹਨੂੰ ਪੈਸੇ ਦਿੱਤੇ ਇਹਨਾਂ ਨੇ। 80-90 ਰੁਪਈਆ ਖਾ ਗਿਆ ਬਲਜੀਤ ਪਟਵਾਰੀ, ਇਹ ਤੂੰ ਗਾਂਹ ਵੀ ਖਾ ਗਿਆ ਜੀ। ਉੱਥੇ ਜਿਹੜਾ ਫਿਰੋਜ਼ ਵਾਲੇ ਜਿਹੜਾ ਬਣਿਆ ਜੀ, ਜਿਹੜਾ ਆਪਣਾ ਪੁਲ ਬਣਿਆ, ਉਹਦੇ ਵਿੱਚ ਇਹਨਾਂ ਨੇ ਲੁਧਿਆਣੇ ਵਾਲੇ ਆਰਤੀ ਫੈਕਟਰੀ ਵਾਲਿਆਂ ਨਾਲ ਮਿਲੀ ਭੁੱਤ ਕਰਕੇ ਉਹਨਾਂ ਨੂੰ ਰੁਪਈਆ ਬਹੁਤ ਮੋਟਾ ਦਵਾਇਆ ਅਤੇ ਦੂਜਿਆਂ ਨੂੰ ਐਗਰੀਕਲਚਰ ਦੇ ਮਿਲੇ ਨੇ। ਉਹ ਪੁਲ ਦਾ ਕੋਈ ਮਤਲਬ ਹੀ ਨਹੀਂ ਆਉਣੀ ਸੀ ਉੱਥੇ ਬੰਨਣ ਦਾ ਜੀ। ਇਹ ਹਾਈਵੇ 'ਚ ਆਈ ਜ਼ਮੀਨਾਂ ਦੀ? ਇਹ ਹਾਈਵੇ 'ਚ ਆਈ ਹੈ ਜੀ, ਇਹਨਾਂ ਆਪਦੀਆਂ ਜ਼ਮੀਨਾਂ ਕਮਰਸ਼ੀਅਲ ਕਰਤੀਆਂ, ਜ਼ਿਮੀਂਦਾਰ ਦੀਆਂ ਜ਼ਮੀਨਾਂ ਜੀ ਇਹਨਾਂ ਨੇ ਦੂਜੀਆਂ ਕੌਡੀਆਂ ਨੇ ਭਾਅ ਕਰਤੀਆਂ। ਇੱਥੇ ਚੌਂਕ ਦੇ ਰੋਜ਼ ਆ ਕੇ 2 ਘੰਟੇ ਖੜਾ ਰਹੇ ਵੀ ਮੈਂ ਠੱਗੀ ਮਾਰ ਬੈਠਾ, ਮੇਰੇ ਤੋਂ ਹੋ ਗਈ ਗਲਤੀ, ਹੋਰ ਆਪਾਂ ਕੁਛ ਨਹੀਂ ਮੰਗਦੇ ਹੁੰਦੇ ਵੀ ਐਵੇਂ ਗਰੀਬ ਜਨਤਾ ਅੱਗੇ ਅੱਗੇ ਲੋਕੀ ਤਾਂ ਅੱਗੇ ਮਰੇ ਪਏ ਭੁੱਖਮਰੀ ਨਾਲ, ਅਤੇ ਇਹ ਉਲਟਾ ਜਿਹੜੇ ਘਵਲੇ ਕਰਾਉਂਦਾ ਪਿਆ ਵਾ ਅਤੇ ਪੱਗਾਂ ਬੰਨ ਕੇ ਟੂਟੀ ਵਾਲੀਆਂ ਕਾਰਾਂ ਭਜਾਈ ਫਿਰਦਾ। ਧਰਮਕੋਟ ਤੋਂ ਦਵਿੰਦਰ ਸਿੰਘ ਬਿੱਟੂ ਦੀ ਵਿਸ਼ੇਸ਼ ਰਿਪੋਰਟ, ਪਹਿਰੇਦਾਰ TV।